ਜਿਹੜੇ ਇੱਥੋਂ ਦੇ ਦੁਕਾਨਦਾਰ ਨੇ ਜਿਹਨਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ, ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਣਾ ਪਏਗਾ, ਫਿਰ ਨਾ ਕਿਉਂ ਗੱਲ ਅਸੀਂ ਪੈਸੇ ਦੇਣੇ ਨਹੀਂ ਦੇਣੇ, ਅਸੀਂ ਪੈਸੇ ਦੇਣੇ ਨਹੀਂ, ਅਸੀਂ ਅੰਮ੍ਰਿਤਸਰ ਰਹਿੰਦੇ ਜੀ, ਅਸੀਂ ਉੱਥੇ ਗੁੰਡਾਗਰਦੀ ਕਰਨ ਵਾਸਤੇ ਇੱਕ ਮਿੰਟ ਅੱਗੇ ਪਾ, ਉਹਨਾਂ ਨੇ ਧਮਕੇ ਜਿਹੜੇ ਦੁਕਾਨਦਾਰ ਲੱਗੇ ਆ ਉੱਥੇ ਉਹ ਸਾਨੂੰ ਧਮਕੀਆਂ ਲਾ ਕੇ, ਉਹਨਾਂ ਕੋਲ ਪੈਸੇ ਕੌਣ ਲੈ ਗਿਆ? ਉਹਨਾਂ ਕੋਲ ਪੈਸੇ ਮੁਲਾਜ਼ਮ ਲੈ ਗਏ, ਇਹਦੇ ਅੱਧੇ ਕਾਰਪੋਰੇਸ਼ਨ ਕਹਿੰਦੇ ਅੱਧੇ ਤੇ ਪੈਸੇ ਹੁਣ ਨਾਂ ਨਹੀਂ ਕਿਸੇ ਦਾ ਲੈਂਦੇ, ਅੱਧੇ ਤੇ ਪੈਸੇ ਲੈ ਗਏ ਪਹਿਲਾਂ ਸਾਨੂੰ ਜੱਜ ਸਾਹਿਬ ਪੁੱਛਦੇ ਸੀ ਮੋਰ ਵਿਖਾਓ ਘੜੀ ਕਿਹੜੀ ਕਿਹਨੂੰ ਪੈਸੇ ਦਿੱਤੇ ਜੇ, ਸਾਡੇ ਕੋਲ ਕੀ ਸਬੂਤ ਹੈਗਾ ਵਾ? ਸਾਨੂੰ ਨਾ ਨੀ, ਅਸੀਂ ਨਾ ਲੈ ਸਕਦੇ ਨਾ ਕਿਸੇ ਨੂੰ, ਸਾਨੂੰ ਪਤਾ ਵਾ ਮੇਰ ਸਾਹਿਬ ਤੋਂ, ਮੇਰ ਸਾਹਿਬ ਵਿੱਚ ਇਨਵੋਲਵਮੈਂਟ ਨਹੀਂ ਹੈਗੇ ਜੀ, ਜਿਹੜੇ ਪੈਸੇ ਕਲੈਕਸ਼ਨ ਕਰਦੇ ਆ ਔਰ ਜਿਹੜੇ ਇਹਨਾਂ ਦੇ ਆਪਣੇ ਜਿੰਨੇ ਵੀ ਕਾਰਪੋਰੇਸ਼ਨ ਦੇ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਹੈਗੇ ਇਹਨਾਂ ਦੇ ਨਾਲ ਮੇਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ, ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਪੋਰੇਸ਼ਨ ਦੇ ਵਿੱਚ, ਉਹ ਪੈਸੇ ਪਹਿਲਾਂ ਹੀ ਕਰ ਲੈਂਦੇ, ਮਹੀਨਾ ਕਰ ਲੈਂਦੇ, 15 ਦਿਨ ਕਰ ਲੈਂਦੇ, ਗਰਾਹੀਆਂ ਕਰ ਲੈਂਦੇ ਆ, ਜੋ ਕਿ ਸਰਕਾਰ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਅਸੀਂ ਬਾਹਰ, ਕੀ ਨਹੀਂ ਕੀਤਾ, ਜਿਹੜੀ ਵਜ੍ਹਾ ਨਾਲ ਹਰ ਵਾਰੀ ਉਹਨਾਂ ਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਆ ਮੇਰ ਸਾਹਿਬ ਨੂੰ, ਅੱਜ ਰੌਲਾ ਪੈ ਰਿਹਾ ਵਾ ਉਹਨਾਂ ਦੀ ਵਜ੍ਹਾ ਕਰਕੇ ਰੌਲਾ ਪੈ ਰਿਹਾ। ਵੇਖੋ ਜੀ ਠੇਕਾ ਜੀ ਤੋਂ ਪਤਾ ਵੀ ਬੋਲੀ ਹੋਣੀ ਆ, ਸਰਕਾਰੀ ਜਗ੍ਹਾ ਵਾ, ਤੁਸੀਂ ਉੱਥੇ ਦੇ ਕਮੇਟੀ ਘਰ ਦੇ ਮੁਨਿੰਦੇ ਜੇ ਉੱਥੇ, ਤੁਸੀਂ ਤੁਹਾਡਾ ਹੈਗਾ ਵਾ ਵੀ ਤੁਸੀਂ ਉੱਥੋਂ ਖਾਲੀ ਰੱਖੋ ਜਗ੍ਹਾ, ਵੀ ਪਤਾ ਨਹੀਂ ਕਿਹੜੇ ਵੇਲੇ ਆਪਾਂ ਬੋਲੀ ਕਰਾਉਣੀ ਆ, ਠੀਕ ਹੈ ਜੀ? ਮਹੀਨਾ ਪਹਿਲਾਂ, ਡੇਢ ਮਹੀਨਾ ਪਹਿਲਾਂ ਦੁਕਾਨਾਂ ਲੱਗ ਗਈਆਂ, ਉਹ ਕਿੱਦਾਂ ਲੱਗੀ ਸਰਕਾਰੀ ਜਗ੍ਹਾ 'ਤੇ ਦੱਸੋ? ਮੈਂ ਇੱਥੇ ਬਾਹਰ ਗੱਡੀ ਖਿਲਾਰਾ, ਕੀ ਕੀਤਾ ਜੀ ਬੋਲੀ ਅੱਜ ਰੱਖਦੀ? ਜਿਹੜੀ ਜਗ੍ਹਾ ਦੀ ਬੋਲੀ ਰੱਖੀ ਆ ਉਹ ਜਗ੍ਹਾ 'ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ, ਸਾਨੂੰ ਕਹਿੰਦੇ ਬੋਲੀ ਦਿਓ, ਬੋਲੀ ਅਸੀਂ ਜਿਹੜੀ ਚੀਜ਼ ਦੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ, ਉਹਦੀ ਬੋਲੀ ਕਿਵੇਂ ਹੋ ਜੂਗੀ ਜੀ? ਹੁਣ ਜਦ ਅੱਜ ਬੋਲੀ, ਅੱਜ ਬੋਲੀ ਕੈਂਸਲ ਹੋ ਰਹੀ ਆ, ਬੋਲੀ ਕੈਂਸਲ ਹੋ ਰਹੀ ਆ, ਸਾਡੇ ਤੋਂ ਪਹਿਲਾਂ ਕੈਸ਼ ਲੈ ਲਏ ਇਹਨਾਂ ਨੇ ਪੈਸੇ ਸਵੇਰੇ 50,000 ਰੁਪਇਆ, ਹੁਣ ਕਹਿੰਦੇ ਜੀ ਕੈਸ਼, ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤਾਂ ਕੈਸ਼ ਹੀ ਵਾਪਸ ਲੈ, ਇਹਨਾਂ ਨੂੰ ਪਤਾ ਜੀ ਇਹ ਸਰਕਾਰੀ ਅਹੁਦਿਆਂ ਤੇ ਬੈਠੇ ਨੇ, ਸਾਨੂੰ ਕੀ ਪਤਾ ਜੀ ਵੀ ਜਿਹੜਾ ਆਪਾਂ ਕੈਸ਼ ਲਵਾਂਗੇ ਤਾਂ ਚੈੱਕ ਕਰਾਈ ਦੇਵਾਂਗੇ ਪੈਸੇ, ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਦੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ, ਹੁਣ ਸਾਡੇ ਪੈਸੇ ਨਹੀਂ ਵਾਪਸ, ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਜੀ, ਜਾ ਕੇ ਦੇਖੋ ਸਾਰੇ ਸਾਰੀ ਜਗ੍ਹਾ ਦੇ ਦੁਕਾਨਾਂ ਲੱਗੀਆਂ ਹੋਈਆਂ ਨੇ, ਉਹ ਬੈਠੇ ਉੱਥੋਂ ਪੈਸੇ ਲੈ ਕੇ ਲਗਨ ਦਿੱਤੀਆਂ ਪ੍ਰਸ਼ਾਸਨ ਨੇ 50,000 ਰੁਪਇਆ ਜੀ, ਇਹ ਕੈਸ਼ ਕਰਾਉਣ ਦੀ ਪ੍ਰੋਵੀਜ਼ਨ ਹੈਗੀ ਆ? ਬਿਲਕੁਲ ਨਹੀਂ, ਇਹਨਾਂ ਨੂੰ ਪੁੱਛੋ ਜੀ, ਇਹਨਾਂ ਨੇ ਕਿਹਾ ਕਰਵਾ ਦਿਓ ਜੀ ਤੇ ਕਰਵਾਤੇ ਆ ਸਲਿੱਪਾਂ ਦਿੱਤੀਆਂ, ਆਹ ਵਾਲੀਆਂ ਰਸੀਦਾਂ ਦਿੱਤੀਆਂ ਜੀ, ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ, ਨਹੀਂ ਕਰ ਰਹੇ ਜੀ, ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਵਾਬ, ਉਹ ਵੀ ਜਦੋਂ ਬਣਨਗੇ ਚੈੱਕ ਕਰਾਈ ਵਾਪਸ ਕਰਾਂਗੇ, ਜਦੋਂ ਅਸੀਂ ਆਵਾਂਗੇ ਨਾ, ਜਦੋਂ ਅਸੀਂ ਆਵਾਂਗੇ ਤਾਂ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿਣਗੇ ਦੁਬਾਰਾ ਆਓ ਜੀ, ਮਤਲਬ ਫਿਰ ਆਉਂਗੇ ਫਿਰ ਦੁਬਾਰਾ, ਦੋ ਮਹੀਨੇ ਤਾਂ ਖਰਾਬ ਕਰੀ ਜਾਂਦੇ ਮੁੜ ਕੇ ਚੈੱਕ, ਜਿਹਨੇ ਰੱਖਣੀ ਰੱਖ ਲਓ ਸਾਡੀ ਵਾਪਸ ਕਰ ਦਿਓ ਜੀ, ਸਾਨੂੰ ਪਹਿਲਾਂ ਕਿੱਥੇ ਗਿਆ ਜੀ, ਮੈਨੂੰ ਲੋਕ ਨੀ ਬੋਲਿਆ ਜਿਵੇਂ ਫੈਸਲਾ ਕਰਨ ਡਿਆ ਜੀ, ਬਸ ਰੱਖੋ ਅਸੀਂ ਤਾਂ ਬਾਹਰ ਚਲੇ ਗਏ ਸੀ, ਬਾਹਰ ਚਲੇ ਗਏ ਜੀ, ਲੈਣੋ ਅਸੀਂ ਤਾਂ ਰੱਖਣੀ ਰੱਖੋ ਜੀ, ਰੱਖੀ ਰੱਖੋ ਸਪੋਰਟ ਜੀ, ਨਾ ਬੋਲੀ ਜੀ ਮਹਾਰਾਜ ਜੀ, ਸਪੋਰਟ ਜੀ ਤਾਂ ਕਹਿੰਦੇ ਨੇ ਜਿਵੇਂ ਜੀ ਸਪੋਰਟ ਨੂੰ ਜਮਾ ਕਰਦੇ ਨਹੀਂ, ਤੁਸੀਂ ਸਿਕਿਉਰਟੀ ਨੂੰ ਜ਼ਬਰਦਸਤੀ ਰੱਖ ਲਓਗੇ ਜੀ, ਜ਼ਬਰਦਸਤੀ ਰੱਖਾਂਗੇ, ਉਹ ਜ਼ਬਰਦਸਤੀ ਰੱਖ ਰਹੇ ਹੋ, ਉਹਨੇ ਹੁਣ ਪਤਾ ਇੱਦਾਂ ਮਾਰਾ ਕਿਵੇਂ ਹੋ ਗਿਆ, ਇੱਦਾਂ ਕਿਉਂ ਹੋ ਗਿਆ, ਕਾਰਪੋਰੇਸ਼ਨ ਨੇ ਕਹਿੰਦਾ ਧੱਕਾ ਜੀ, ਹਾਂ ਸਾਡੀ ਇੱਥੇ ਕੱਚੇ ਨਹੀਂ ਕੰਮ ਕਰਨੀ ਆ, ਹਾਂ ਥੋੜੀ ਜਿਹਾ ਪਰਸੋ ਦੇਣੀ ਆ, ਹਾਂ ਉਹਨਾਂ ਦੇ ਵਿੱਚ ਨਹੀਂ ਉਹ ਗੱਲ ਕਰਦਾ, ਮੇਰਾ ਆਧਾਰ ਕਾਰਡ ਦੇ ਲਓ ਨਾਲ, ਪਹਿਲੇ ਆਪਣੇ ਬਸ ਦਾ ਲਓ, ਜਿਹਨੇ ਪਰਸੋ ਇੱਕ ਤਾਂ ਮੇਰਾ ਪਰਸੋ ਰੱਖ ਲਿਆ, ਰੱਖ ਲਓ ਜੀ, ਮੇਰੀ ਗੱਲ ਸੁਣੋ,
ਆਓ ਚਲੀਏ ਤੇ ਬੋਲੀ ਦਿਓ ਆਓ ਤੇ ਕੋਈ 5-5 ਹਜ਼ਾਰ ਨਹੀਂ ਜੀ ਆਪਸ ਬੋਲੀ ਦਿਓ ਤੇ ਬੋਲੀ ਦੇ ਕੋ ਜੀ ਤੁਹਾਨੂੰ ਨਹੀਂ ਨਾ ਮਾਰਾ ਖਾਂਦਾ ਹੁਣ ਜੇ ਤੁਸੀਂ ਕਹੋ ਨਾ 10 ਲੱਖ ਤੋਂ ਵੀ ਸ਼ੁਰੂ ਕਰਦੇ ਅਸੀਂ ਤਾਂ ਵੀ ਨਹੀਂ ਦੇਣੀ ਸਿਕਿਉਰਟੀ ਬੋਲੀ ਵਾਸਤੇ ਜਮਾ ਕਰਾਈ ਜੀ ਸਰ ਬੋਲੀ ਵਾਸਤੇ ਕਰਾਈ ਸੀ ਜਦੋਂ ਬੋਲੀ ਤੁਸੀਂ ਕੈਨਸਲ ਕਰ ਦਿੱਤੀ ਤਾਂ ਸਰ ਅਸੀਂ ਪਰਸੋਂ ਨਹੀਂ ਆ ਸਕਦੇ ਸਰ ਜਿਹੜਾ ਜਿਹੜੀ 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 ਅਥਾਰਟੀ ਇੱਕ ਮਿੰਟ ਯਾਰ ਇੱਕ ਮਿੰਟ ਭਾਜੀ ਅਥਾਰਟੀ ਕੋਲ ਬੋਲੀ ਕੈਂਸਲ ਕਰਨ ਦਾ ਤੇ ਬੋਲੀ ਗਾਹ ਕਰਨ ਦਾ ਹੱਕ ਹੁੰਦਾ ਵਾ ਸਿਕਿਉਰਟੀ ਵਾਪਸ ਕਰ ਦਿੰਦੀ ਕੋਈ ਗੱਲ ਨਹੀਂ ਹਾਂ ਕੈਂਸਲ ਕਰਨ ਦਾ ਹੱਕ ਹੁੰਦਾ ਸਿਕਿਉਰਟੀ ਬੋਲੀ ਹੋਊਗੀ ਤੇ ਨਾ ਹੋਊ ਕਿਥੇ ਕਰਿਓ ਉਹ ਸਿਕਿਉਰਟੀ ਕੋਈ ਅੱਗੇ ਇਹ ਕਿਹੜੇ ਕਿਤਾਬ ਤੋਂ ਲਿਖਿਆ ਦੱਸੋ ਪੰਜਾਬ ਜਾਂਦੇ ਇੰਡੀਆ ਜਾਂਦੇ ਇੱਕ ਛੋਟੀ ਜਿਹੀ ਨੱਕ ਇੱਕ ਛੋਟੀ ਜਿਹੀ ਗੱਲ ਕਰਕੇ ਸਾਰਾ ਨੂੰ ਆਉਣਾ ਬਣਿਆ ਬਣਾਇਆ ਵਧਾ ਦਿੱਤਾ ਠੀਕ ਹੈ ਜੀ ਕੀ ਪਤਾ ਸੋਚੋ ਸਹੀ ਸਮਝੋ ਸਹੀ ਆਪਾਂ ਕਿੱਥੇ ਬੈਠੇ ਕਿਹੜੇ ਵਾਸੀਆਂ ਨੇ ਬੁਲਾਇਆ ਕਿਹੜੇ ਵਾਸੀ ਨਹੀਂ ਬੁਲਾਇਆ ਕੀ ਕਹੀ ਕਹਿ ਕੇ ਆਰਾਮ ਨਾਲ ਗੱਲ ਕਰੋ ਮੇਰੇ ਸਾਹਿਬ ਬੈਠੇ ਨੇ ਕੋਈ ਤੁਸੀਂ ਬੈਠੇ ਦਫ਼ਤਰ ਆ ਪਰ ਕੈਸ਼ ਲਈ ਹੋਈ ਅਸੀਂ ਉਹਦੇ ਸਿੱਧਾ ਕੱਟਣਾ ਉਹ ਤੁਹਾਨੂੰ ਹੁਣ ਪੈਸੇ ਅਕਾਊਂਟ 'ਚ ਮਿਲਣਗੇ ਤੁਹਾਡੇ ਜਿੰਨੇ ਭਾਈ ਚੇਅਰਮੈਨ ਸਾਹਿਬ ਕੋਈ ਗੱਲ ਨੀ ਕਰਦੇ ਨਾ ਹੀ ਉਹਨਾਂ ਦੇ ਜਿਹੜੇ ਬਾਕੀ ਮਲਿੰਡੇ ਆ ਉਹ ਵੀ ਨੀ ਕੋਈ ਗੱਲ ਕਰਦੇ ਜੋ ਵੀ ਗੱਲ ਕਰਦੇ ਸੁਪਰਡੈਂਟ ਸਾਹਿਬ ਵੀ ਕਰਦੇ ਆ ਸੁਪਰਡੈਂਟ ਨੇ ਸੀਨੀਅਰ ਵੀ ਡਰਾਫਟ ਉਧਾਰ ਕਰ ਦੇ ਕੇ ਪੈਸੇ ਰੱਖੀ ਵੀ ਕਰਦੇ ਆ ਠੀਕ ਹੈ ਜੀ ਸਾਡੇ ਪੈਸੇ ਬਾਅਦ ਨੂੰ ਪੈਸੇ ਚਾਹੀਦੇ ਇੱਥੇ ਵੇਖੋ ਅਸੀਂ ਉਹਨਾਂ ਦੀ ਕਾਢੀ ਇੱਜ਼ਤ ਤੇ ਉਹ ਕਰਾਂਗੇ ਬੰਦੇ ਨਾਮ ਤੱਕ ਪਰ ਜਿਹੜੀ ਗੱਲ ਆ ਉਹ ਪੈਸੇ ਦੋ ਸਾਨੂੰ ਇਹਦੇ ਰਸੀਦ ਹੈ ਜੀ ਸਾਨੂੰ ਪੱਕੀ ਇੱਥੇ ਕੁਛ ਲਿਖਿਆ ਦਾ ਵਾ ਤੇ ਫਿਰ ਤੇ ਤੁਹਾਡੇ ਸਰਕਾਰੀ ਡੀਡੀ ਲੈਂਦੇ ਸੁਪਰਡੈਂਟ ਸਾਹਿਬ ਸੁਪਰਡੈਂਟ ਸਾਹਿਬ ਸੁਪਰਡੈਂਟ ਸਾਹਿਬ ਸੁਪਰਡੈਂਟ ਸਾਹਿਬ
ਚਲੋ 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 ਚਲੋ
ਮੈਂ ਹਰ ਵਾਰੀ ਇਹ ਖਰਾਬ ਕਰਦੇ ਆ, ਐਤਕੀ ਵੀ ਬੋਲੀ ਨੂੰ ਜਿਹੜਾ ਇਹਨਾਂ ਨੇ ਖਰਾਬ ਕਰਨ ਡੇ ਆ।